न्यूज़ देखते सारे दर्शकों सत श्री अकाल। मैं डॉक्टर सैमुअल, असी अज पिंड मंगूवाल दे विच आए हां। आपां मुलाकात करन जा रहे हां इतों दे नंबरदार साहब मास्टर जसवीर सिंह जी दे नाल। मैं जसवीर सिंह, नंबरदार पिंड मंगूवाल, तहसील नवांशहर, जिला शहीद भगत सिंह नगर का रहने वाला। मैं सारे दर्शकों नूं सत श्री अकाल बुलाउणा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੰਬਰਦਾਰ ਸਾਹਿਬ, ਕਦੋਂ ਤੋਂ ਨੰਬਰਦਾਰੀ ਕਰ ਰਹੇ ਤੁਸੀਂ? ਮੈਂ ਜੀ 2014 'ਚ ਮੈਨੂੰ ਆਰਡਰ ਹੋਏ ਆ ਅਤੇ ਉਸ ਟਾਈਮ ਤੋਂ ਮੈਂ ਨੰਬਰਦਾਰੀ ਕਰ ਰਿਹਾ। ਜੋਬ ਕਦੋਂ ਤੋਂ ਕਦੋਂ ਲੱਗ ਕੀਤੀ ਤੁਸੀਂ? ਜੋਬ ਮੈਂ ਜੀ ਆਪਣੀ ਜੋਬ ਜਿਹੜੀ ਆ ਉਹ 1970 'ਚ ਟੈਂਪਰੇਰੀ ਅਧਿਆਪਕ ਦੇ ਤੌਰ 'ਤੇ ਜੁਆਇਨ ਕੀਤੀ ਸੀ। ਉਹ ਤੋਂ ਬਾਅਦ ਫਿਰ ਮੈਂ ਕੈਂਟ ਬੋਰਡ ਸਕੂਲ ਜਲੰਧਰ ਕੈਂਟ 'ਚ ਪੜ੍ਹਾਉਂਦਾ ਰਿਹਾ ਅਤੇ ਫਿਰ ਮੈਂ ਦੁਬਾਰਾ 1974 ਵਿੱਚ ਫਿਰ ਸਰਕਾਰੀ ਜੋਬ 'ਤੇ ਆਇਆ। ਕਿਹੜਾ ਸਬਜੈਕਟ ਸੀ ਤੁਹਾਡਾ? ਮੈਂ ਜੀ ਪ੍ਰਾਇਮਰੀ ਸਕੂਲ ਟੀਚਰ ਸੀ ਅਤੇ ਐਜ਼ ਹੈੱਡ ਟੀਚਰ ਮੈਂ ਰਿਟਾਇਰ ਹੋਇਆ। ਲੰਬਰਦਾਰ ਸਾਹਿਬ, ਤੁਸੀਂ ਲੰਬਰਦਾਰੀ ਕਰਦੇ ਹੋ, ਲੰਬਰਦਾਰੀ ਕਰਦੇ ਕਰਦੇ ਕੋਈ ਇਹੋ ਜਿਹੀਆਂ ਪ੍ਰੋਬਲਮਾਂ ਫੇਸ ਕਰਦੇ ਹੋ ਕਿ ਤਹਿਸੀਲ ਦੇ ਵਿੱਚ ਜਦੋਂ ਤੁਸੀਂ ਜਾਂਦੇ ਆ ਉੱਥੇ ਵੇਟਿੰਗ ਹਾਲ ਹੈ? ਕੋਈ ਵੇਟਿੰਗ ਹਾਲ ਨਹੀਂ ਜੀ। ਲੰਬੜਦਾਰਾਂ ਦੇ ਬੈਠਣ ਲਈ ਇੱਕ ਕਮਰਾ ਦਿੱਤਾ ਸੀ, ਉਹ ਵੀ ਹੁਣ ਇਹਨੇ ਸਾਡੇ ਕੋਲੋਂ ਛੁਡਾ ਲਿਆ। ਕਿਹਨਾਂ ਨੇ? ਐਡਮਿਨਿਸਟ੍ਰੇਸ਼ਨ ਨੇ ਸਾਡੇ ਕੋਲੋਂ ਛੁਡਾ ਲਿਆ ਹੈ ਕਿਉਂਕਿ ਉੱਥੇ ਨਵਾਂ ਕੰਪਲੈਕਸ ਬਣ ਰਿਹਾ। ਪਹਿਲਾਂ ਇੱਕ ਕਮਰਾ ਦਿੱਤਾ ਸੀ, ਉਸ ਤੋਂ ਬਾਅਦ ਹੁਣ ਕੋਈ ਕਮਰਾ ਨਹੀਂ। ਨੰਬਰਦਾਰ ਸਾਹਿਬ, ਤੁਹਾਨੂੰ ਪਤਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਨੰਬਰਦਾਰੀ ਦਾ ਕੀ ਰਸੂਖ ਸੀਗਾ? ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਲੰਬੜਦਾਰੀ ਨੂੰ ਬੜੀ ਲੰਬੜਦਾਰ ਦੀ ਪੁੱਛਗਿੱਛ ਹੁੰਦੀ ਸੀ। ਜਿਹੜੇ ਵੀ ਅਫਸਰ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਪੁਲਿਸ ਅਫਸਰ ਹੋਣ, ਉਹ ਲੰਬੜਦਾਰਾਂ ਨੂੰ ਆ ਕੇ ਮਿਲਦੇ ਸੀ। ਉਸ ਸਮੇਂ ਦਾ ਮਾਨ ਸਨਮਾਨ ਅਤੇ ਅੱਜ ਦੇ ਮਾਨ ਭੱਤੇ ਦੇ ਵਿੱਚ ਤੁਹਾਨੂੰ ਪਤਾ ਹੈ ਕੀ ਫਰਕ ਹੈ? ਉਸ ਵੇਲੇ ਜਿਹੜੇ ਸੀ ਲੰਬੜਦਾਰ ਉਹਨਾਂ ਨੂੰ ਸਿਰਫ ਇਸ ਗੱਲ ਲਈ ਕੰਪੈਲ ਕੀਤਾ ਜਾਂਦਾ ਸੀ ਵੀ ਤੁਸੀਂ ਸਾਨੂੰ ਭਰਤੀ ਦਿਓ, ਬੱਚਿਆਂ ਨੂੰ ਕਹਿ ਕੇ ਭਰਤੀ ਕਰਾਓ। ਅਤੇ ਹੁਣ ਇਸ ਵੇਲੇ ਇੱਦਾਂ ਦਾ ਕੋਈ ਪ੍ਰੈਸ਼ਰ ਨਹੀਂ ਲੰਬੜਦਾਰਾਂ 'ਤੇ। ਲੰਬੜਦਾਰ ਸਾਹਿਬ, ਤੁਸੀਂ ਨੰਬਰਦਾਰੀ ਦੇ ਨਾਲ ਨਾਲ ਇੱਕ ਕਿਸਾਨ ਵੀ ਹੋ ਅਤੇ ਕੇਂਦਰ ਸਰਕਾਰ ਜੋ ਕਿਸਾਨਾਂ ਦੇ ਨਾਲ ਕਰ ਰਹੀ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹੀ ਕਹੂੰਗਾ ਜੀ, ਜਿਹੜੇ ਕਾਨੂੰਨ ਬਣਾਏ ਆ ਮੋਦੀ ਦੀ ਸਰਕਾਰ ਨੇ, ਉਹ ਬੜੇ ਗਲਤ ਕਾਨੂੰਨ ਬਣਾਏ ਆ। ਆ ਸਾਰਾ ਹੀ ਪੰਜਾਬ, ਬਲਕਿ ਯੂਪੀ, ਰਾਜਸਥਾਨ, ਹਰਿਆਣਾ, ਇਹ ਸਾਰੇ ਸੂਬੇ ਉੱਥੇ ਇਕੱਠੇ ਹੋ ਕੇ ਬੈਠੇ ਆ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ। ਮੈਂ ਇਹ ਸਮਝਦਾ ਵੀ ਲੋਕਤੰਤਰ ਦੇ ਵਿੱਚ ਇਹ ਜਿਹੜਾ ਲੋਕਾਂ ਦਾ ਹੱਕਾਂ ਦਾ ਭਾਣ ਹੋ ਰਿਹਾ, ਲੋਕਾਂ ਨੂੰ ਸ਼ਹਿਰੀ ਆਜ਼ਾਦੀਆਂ ਨੂੰ ਕੁਚਲਣ ਦੀ ਗੱਲ ਕੀਤੀ ਜਾਂਦੀ ਆ ਜਾਂ ਉਹਨਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ। ਮੰਗ ਕੀ ਕਰਦੇ ਹੋ? ਮੰਗ ਅਸੀਂ ਇਹੀ ਕਰਦੇ ਹਾਂ ਵੀ ਕਾਨੂੰਨ ਜਿਹੜੇ ਆ ਰੱਦ ਹੋਣੇ ਚਾਹੀਦੇ ਆ ਅਤੇ ਉਹ MSP ਜਾਂ ਮੰਡੀਆਂ ਦੇ ਜਿਹੜੇ ਹੈਗੇ ਆ ਵੀ ਮੰਡੀਕਰਨ ਹੋਊਗਾ, MSP ਮਿਲੂਗੀ, ਇਹ 'ਤੇ ਅੜਿਓ ਆ ਸਰਕਾਰ ਜਿਹੜੀ ਆ। ਅਤੇ ਉਹ ਕਹਿੰਦੇ ਆ ਵੀ ਕਿਸਾਨ ਕਹਿੰਦੇ ਆ ਵੀ ਅਸੀਂ ਇਹ ਕਾਨੂੰਨ ਰੱਦ ਕਰਾਏ ਅਤੇ ਬਗੈਰ ਅਸੀਂ ਇੱਥੋਂ ਜਾਣਾ ਨਹੀਂ ਹੈ ਦਿੱਲੀ। ਨੰਬਰਦਾਰ ਸਾਹਿਬ, ਪੰਜਾਬ ਗੌਰਮੈਂਟ ਨੇ ਜੋ ਨੰਬਰਦਾਰਾਂ ਦਾ ਮਾਨ ਭੱਤਾ ਲਾਇਆ ਹੈਗਾ, ਇਹਦੇ ਵਿੱਚ ਤੁਸੀਂ ਸੰਤੁਸ਼ਟ ਹੋ? ਸੰਤੁਸ਼ਟੀ ਕਿਉਂਕਿ ਮੈਂ ਇੱਕ ਪੈਨਸ਼ਨਰ ਹਾਂ ਗੌਰਮੈਂਟ ਦਾ, ਅਤੇ ਮੇਰੀ ਤਾਂ ਸੰਤੁਸ਼ਟੀ ਮੇਰੀ ਪੈਨਸ਼ਨ ਹੀ ਆ, ਅਤੇ ਮੈਂ ਇਸ ਮਾਨ ਭੱਤੇ ਨੂੰ ਤਾਂ ਨਿਭਾਉਣਾ ਜਾਂ ਸਮਝਦਾ।